ਬਿਗ ਸਟਾਰ ਬਾਇਓ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਲੈ ਕੇ ਹਾਜ਼ਰ ਹੋਏ ਹਾਂ ਪੰਜਾਬੀ ਇੰਡਸਟਰੀ ਦਾ ਇੱਕ ਖਾਸ ਅਤੇ ਵੱਡਾ ਅਪਡੇਟ। ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਕੱਲ ਨੂੰ ਕਰਨ ਔਜਲਾ ਦੀ ਐਲਬਮ ਬੈਕਡਾ ਪੈਕਅਪ ਦਾ ਇੰਟਰੋ ਰਿਲੀਜ਼ ਹੋਣ ਵਾਲਾ ਹੈ। ਦੋਸਤੋ ਇਸ ਐਲਬਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਕਰਨ ਔਜਲਾ ਦੇ ਯਾਰ ਸੁੱਖ ਬਾਜਵਾ ਨੇ ਔਜਲਾ ਦੇ ਹੇਟਰ ਨੂੰ ਇੱਕ ਵੱਡਾ ਰਿਪਲਾਈ ਕੀਤਾ। ਦੋਸਤੋ ਉਹ ਲਿਖਦੇ ਹਨ, ਹੈਸ਼ਟੈਗਸ ਦਾ ਫਰਕ ਉਹਨਾਂ ਨੂੰ ਹੁੰਦਾ ਜਿਹੜੇ ਮੰਗ ਕੇ ਕਰਾਉਂਦੇ ਨੇ, ਬਾਕੀ ਕੱਲ ਨੂੰ ਐਂਡ ਔਜਲਾ ਇਜ਼ ਐਪਟ ਕੁਆਲਿਟੀ ਨੋਟ ਕੁਆਂਟਿਟੀ ਐਂਡ ਵਨ ਥਿੰਗਸ ਮੋਰ ਐਟ ਦਾ ਰੇਟ ਟ੍ਰਿਊ ਸਕੂਲ UK ਇਜ਼ ਅਬਾਊਟ ਟੂ ਸ਼ਟ ਆਲ ਦਿਸ ਕਿਡਸ ਅਪ ਮਿਊਜ਼ਿਕ ਪ੍ਰੋਡਿਊਸਰ ਹੈਸ਼ਟੈਗ ਟ੍ਰਿਊ ਸਕੂਲ ਹੀ ਕਿਲਡ ਇਟ। ਦੋਸਤੋ ਇਹ ਪੋਸਟ ਸਾਂਝੀ ਕਰਨ ਤੋਂ ਬਾਅਦ ਇਹ ਮੁੱਦਾ ਹੁਣ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਮਗਿਆ ਹੋਇਆ ਹੈ। ਦੋਸਤੋ ਲੋਕ ਮੰਨਦੇ ਹਨ ਕਿ ਕਰਨ ਔਜਲਾ ਯਾਰ ਸੁੱਖ ਬਾਜਵਾ ਨੇ ਇਹ ਰਿਪਲਾਈ ਦਾ ਕਿੱਡ ਨੂੰ ਕੀਤਾ ਹੈ, ਜੋ ਕਿ ਸਿੱਧੂ ਮੂਸੇਵਾਲੇ ਦੇ ਗੀਤਾਂ ਦਾ ਮਿਊਜ਼ਿਕ ਤਿਆਰ ਕਰਦਾ ਹੈ। ਤੁਹਾਡਾ ਇਸ ਪੋਸਟ ਬਾਰੇ ਕੀ ਵਿਚਾਰ ਹੈ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਅਤੇ ਦੋਸਤੋ ਨਵੇਂ ਅਤੇ ਤਾਜ਼ਾ ਅਪਡੇਟ ਪ੍ਰਾਪਤ ਕਰਨ ਦੇ ਲਈ ਆਪਣੇ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰੋ। ਮਿਲਦੇ ਹਾਂ ਜਲਦੀ ਕਿਸੇ ਅਗਲੀ ਨਵੀਂ ਵੀਡੀਓ ਦੇ ਨਾਲ। ਧੰਨਵਾਦ।